ਮੈਂ ਹਮੇਸ਼ਾ ਕਹਿੰਦਾ ਕਿ ਬਰਨਾਲਾ ਇੱਕ ਬਹੁਤ ਧਾਰਮਿਕ ਸ਼ਹਿਰ ਆ। ਅੱਜ ਬਰਨਾਲੇ ਦਾ ਕੋਨਾ ਕੋਨਾ ਸਜਾਇਆ ਪਿਆ, ਜਗ੍ਹਾ ਜਗ੍ਹਾ ਲੰਗਰ, ਜਗ੍ਹਾ ਜਗ੍ਹਾ ਪੂਜਾ ਹੋ ਰਹੀਆਂ, ਜਗ੍ਹਾ ਜਗ੍ਹਾ ਹਵਨ ਹੋ ਰਹੇ ਆ, ਖੁਸ਼ੀਆਂ ਮਨਾਈਆਂ ਜਾ ਰਹੀਆਂ, ਲੱਡੂ ਵੰਡੇ ਜਾ ਰਹੇ ਆ। ਅੱਜ ਨਰਿੰਦਰ ਮੋਦੀ ਜੀ ਨੇ ਉਹ ਕੰਮ ਕੀਤਾ ਕਿ ਜਿਹੜਾ ਧਰਮ ਦੇ ਲਈ, ਸਾਰਿਆਂ ਲਈ ਔਰ ਮਹਿਲਾਵਾਂ ਦੇ ਲਈ, ਵਿਕਾਸ ਦੇ ਲਈ, ਜੋ ਅੱਜ ਅਮੈਰੀਕਾ ਦੇ ਵਿੱਚ, ਨਿਊਜ਼ੀਲੈਂਡ ਦੇ ਵਿੱਚ, ਕੈਨੇਡਾ ਦੇ ਵਿੱਚ, ਸਾਰੀ ਦੁਨੀਆ 'ਚ ਜਸ਼ਨ ਮਨਾਏ ਜਾ ਰਹੇ ਆ। 550 ਸਾਲ ਬਾਅਦ ਰਾਮ ਲੱਲਾ ਜੀ ਅੱਜ ਪ੍ਰਵੇਸ਼ ਕਰ ਰਹੇ ਆ ਅਯੋਧਿਆ ਦੇ ਵਿੱਚ। ਅੱਜ ਸਵੇਰ ਤੋਂ ਰੌਣਕਾਂ ਲੱਗੀਆਂ ਨੇ ਸਾਰੇ ਹਿੰਦੁਸਤਾਨ 'ਚ, ਸਾਰੇ ਵਰਲਡ ਦੇ ਵਿੱਚ। ਇਹ ਐਡਾ ਖੁਸ਼ੀ ਦਾ ਇੱਕ ਮੌਕਾ, ਕੋਈ ਮੈਨੂੰ ਕਹਿਣ ਲੱਗਿਆ ਦੀਵਾਲੀ ਵਰਗਾ ਮਾਹੌਲ ਆ, ਮੈਂ ਕਿਹਾ 100 ਦੀਵਾਲੀਆਂ ਤੋਂ ਵੀ ਵੱਡਾ ਮਾਹੌਲ ਆ 'ਚ। ਰਾਮ ਰਾਜੇ ਦੀ ਪੂਰੀ ਸਥਾਪਨਾ ਹੋ ਗਈ ਔਰ ਬਹੁਤ ਵਧੀਆ ਰਾਮ ਰਾਜੇ ਆਊਗਾ, ਸਾਰੀ ਦੁਨੀਆ ਦੇ ਵਿੱਚ ਅਮਨ ਸ਼ਾਂਤੀ ਹੋਊਗੀ। ਇਹ ਜਿਹੜੀ ਸ਼ੋਭਾ ਯਾਤਰਾ ਨਿਕਲ ਰਹੀ ਆ, ਇਹ ਭਗਵਾਨ ਰਾਮ ਜੀ ਦੇ ਸਾਡੇ ਆਰਾਧ, ਜਿਹੜੀ ਸਾਡੇ ਆਸਥਾ ਦੇ ਪ੍ਰਤੀਕ ਨੇ, ਜਿਹੜੇ ਮਰਿਆਦਾ ਪੁਰਸ਼ੋਤਮ ਨੇ 500 ਸਾਲ ਤੋਂ ਬਾਅਦ ਉਹ ਆਪਣੇ ਘਰ ਵਿੱਚ ਆ ਰਹੇ ਆ। ਇਹ 500 ਸਾਲ ਅਸੀਂ ਲੱਖਾਂ ਘਰ ਸੇਵਕਾਂ ਨੂੰ ਕੁਰਬਾਨੀਆਂ ਦਿੱਤੀਆਂ ਨੇ, ਲੱਖਾਂ ਰਾਮ ਭਗਤਾਂ ਨੂੰ ਕੁਰਬਾਨੀਆਂ ਦਿੱਤੀਆਂ ਨੇ, ਫਿਰ ਇਹ ਦਿਨ ਦੇਖਣ ਨੂੰ ਮਿਲਿਆ। ਇਹ ਸਾਰੇ ਰਾਮ ਭਗਤ ਅਕਾਲਗੜ੍ਹ ਬਸਤੀ ਰਾਮ ਕਥਾ ਵਾਲੇ ਉੱਥੋਂ ਸ਼ੁਰੂ ਹੋ ਕੇ ਸੇਕਾ ਫਾਟਕ ਹੁੰਦੇ, ਮਾਂ ਸ਼ਕਤੀ ਕਲਾ ਮੰਦਿਰ, ਹੰਡਿਆਇਆ ਬਾਜ਼ਾਰ, ਸਦਰ ਬਾਜ਼ਾਰ, ਸਰਵਾਈ ਬਾਜ਼ਾਰ ਹੁੰਦੇ ਸੇਕਾ ਕੇਂਦਰ ਸਮਾਪਨ ਹੋਊਗੀ। ਅਤੇ ਸਾਰੇ ਰਾਮ ਭਗਤਾਂ ਨੂੰ 500 ਸਾਲ ਬਾਅਦ ਦਿੱਗੇ 'ਚ ਰਾਮ ਭਗਵਾਨ ਦੇ ਆਉਣ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਅੱਜ ਸਭ ਤੋਂ ਪਹਿਲਾਂ ਤਾਂ ਮੈਂ ਸ਼ਹਿਰ ਵਾਸੀਆਂ ਨੂੰ, ਇਲਾਕਾ ਨਿਵਾਸੀਆਂ ਨੂੰ, ਦੇਸ਼ ਵਾਸੀਆਂ ਨੂੰ ਸ਼੍ਰੀ ਰਾਮ ਜੀ ਦੇ ਪ੍ਰਾਣ ਪ੍ਰਤਿਸ਼ਠਾ ਉਤਸਵ ਦੀ ਲੱਖ ਲੱਖ ਵਧਾਈ ਦਿੰਦਾ ਹਾਂ। ਅੱਜ ਸਾਡਾ ਬਰਨਾਲਾ ਸ਼ਹਿਰ ਜਿਹੜਾ ਹੈ, ਇਹ ਬਿਲਕੁਲ ਸਾਰਾ ਰਾਮਮਈ ਹੋਇਆ ਹੋਇਆ ਹੈ। ਲੋਕਾਂ ਦੇ ਵਿੱਚ ਉਤਸਾਹ, ਮਿਠਾਈਆਂ, ਪਟਾਕੇ ਵਜਾ ਰਹੇ ਹੈ, ਸ਼ੋਭਾ ਯਾਤਰਾਵਾਂ ਸਾਡੇ ਸ਼ਹਿਰ ਦੇ ਵਿੱਚ ਨਿਕਲ ਰਹੀਆਂ ਨੇ। ਗੀਤਾ ਭਵਨ ਟਰੱਸਟ ਦੇ ਵਿੱਚ ਅੱਜ ਵੱਡੀ LED ਲਾ ਕੇ ਅਸੀਂ ਉੱਥੇ ਲਾਈਵ ਪ੍ਰੋਗਰਾਮ ਦਿਖਾਇਆ ਪ੍ਰਾਣ ਪ੍ਰਤਿਸ਼ਠਾ ਦਾ। ਸ਼ਹਿਰ ਦੇ ਵਿੱਚ ਵੱਖ ਵੱਖ ਜਗ੍ਹਾ 'ਤੇ, ਵੱਖ ਵੱਖ ਮੰਦਰ ਕਮੇਟੀਆਂ 'ਤੇ ਲੰਗਰ ਭੰਡਾਰੇ ਲਾਏ ਗਏ ਨੇ, ਲੱਡੂ ਵੰਡੇ ਜਾ ਰਹੇ ਨੇ, ਮਠਿਆਈਆਂ ਵੰਡੀਆਂ ਜਾ ਰਹੀਆਂ ਨੇ। ਇਸ ਤਰ੍ਹਾਂ ਨਾਲ ਲੋਕਾਂ ਦੇ ਵਿੱਚ, ਬਾਜ਼ਾਰ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਾਂ, ਝੰਡੇ ਵੀ ਸਾਡੇ ਸਾਰੇ ਸ਼ਹਿਰ ਦੇ ਵਿੱਚ ਲੋਕਾਂ ਨੇ ਆਪਣੇ ਘਰਾਂ ਦੇ ਉੱਤੇ ਝੰਡੇ ਲਾਏ ਨੇ, ਅਤੇ ਸ਼ਾਮ ਨੂੰ ਸਾਰੇ ਲੋਕ ਕੱਲ੍ਹ ਤੋਂ ਉੱਥੇ ਲਾਈਟਾਂ ਲਾਈਆਂ ਹੋਈਆਂ ਨੇ। ਬਰਨਾਲੇ ਦੇ ਵਿੱਚ ਅੱਜ ਬਹੁਤ ਹੀ ਭਾਗਾਂ ਵਾਲਾ ਦਿਨ, ਜੋ 500 ਸਾਲ ਬਾਅਦ ਸਾਨੂੰ ਆਇਆ, ਅਤੇ ਇਸ ਦਿਨ ਅੱਜ ਬਰਨਾਲਾ ਦੇ ਵਿੱਚ ਵੱਖ ਵੱਖ ਥਾਵਾਂ 'ਤੇ 300 ਦੇ ਕਰੀਬ ਲੰਗਰ ਲੱਗੇ ਹੋਏ ਨੇ। ਅਸੀਂ ਸਾਰੇ ਹਿੰਦੂ ਭਾਈਆਂ ਦਾ ਧੰਨਵਾਦ ਕਰਦੇ ਉਹਦੇ ਵਾਸਤੇ, ਅਤੇ ਸਰਕਾਰਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਜਾ ਕੇ ਉੱਥੇ ਸਾਡੇ ਪ੍ਰਾਣ ਪ੍ਰਤਿਸ਼ਠਾ ਕਾਰਜਕ੍ਰਮ 'ਚ ਉਪਸਥਿਤ ਹੋਏ। ਅਸੀਂ ਸਾਰੇ ਸਾਧੂ ਸੰਤ ਸਮਾਜ ਦਾ, ਬਰਨਾਲਾ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ। ਅੱਜ ਬਰਨਾਲਾ ਦੇ ਅੰਦਰ 3 ਸ਼ੋਭਾ ਯਾਤਰਾ ਨਿਕਲੀਆਂ, ਜਿਹਦੇ ਵਿੱਚ ਇਹ ਰਾਮ ਰਥ ਵੀ ਸ਼ਾਮਿਲ ਹੈ।